ਲੈ ਵੀ ਮੁੰਡੇ ਨੇ ਆਪਣੇ ਦਿਮਾਗ ਦੇ ਨਾਲ ਪੱਥਰ ਦਾ ਲਾਇਆ ਗੱਡੀ ਪੂਰੇ ਹੁਣ ਦੇਖਦੇ ਆ ਕਿਆ ਬਣਦਾ ਕਰੋ ਡਰਾਈ ਫਿਰ ਵੀਰੇ ਪਿੱਛੇ ਹੋ ਜਾ ਸਪੀਡ ਘੱਟ ਰੱਖੀ ਹਾਂ ਚਲੋ ਓਏ ਓਏ ਨਹੀਂ ਨਹੀਂ ਪਿੰਨ ਫਿਰ ਹੋਊਗੀ ਕਿਨੇ ਉਸਾਈਏ ਵੀਰੇ ਓ ਤੁਹਾਨੂੰ ਕੀ ਕੀ ਹਤਾ ਯਾਰ ਚਲੋ ਵੀਰੇ ਚਲੋ ਓ ਨਿਕਲ ਗਈ ਤੀ ਨਿਕਲਦੀ ਤਾਂ ਹੈਗੀ ਆ ਹੁਣ ਇਹ ਕੱਪੜੇ ਕੱਪੜੇ ਸਾਥੇ ਨਹੀਂ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਚੱਲੇ ਆ ਫੇਰ ਦੁਬਾਰਾ ਆਫ ਰੋਡਿੰਗ ਤੇ ਅੱਜ ਆਪਾਂ ਪਾਣੀ ਦੇ ਵਿੱਚ ਗੱਡੀ ਲੈ ਕੇ ਜਾਵਾਂਗੇ ਕਿਉਂਕਿ ਪਹਿਲੇ ਬਲੌਗ 'ਚ ਨਾ ਬਹੁਤ ਦੇ ਕਮੈਂਟ ਆਏ ਨੇ ਵੀ ਪਾਣੀ 'ਚ ਨਹੀਂ ਲੈ ਕੇ ਗਏ ਤੁਸੀਂ ਗੱਡੀ ਤੇ ਕਿਉਂਕਿ ਪਹਿਲਾਂ ਵੀਰੇ ਥੋੜ੍ਹਾ ਜਿਹਾ ਲੇਟ ਤੇ ਆ ਨਾ ਅੱਜ ਥੋੜ੍ਹਾ ਜਿਹਾ ਸਾਜਰੇ ਤਾਂ ਹੀ ਚੱਲੇ ਹਾਂ ਦਿਖਾਉਂਦੇ ਆ ਤੁਹਾਨੂੰ ਅੱਜ ਫਿਰ ਬਲੌਗ ਸਾਰਾ ਦੇਖਿਓ ਅਤੇ ਸ਼ੇਅਰ ਕਰ ਦਿਆ ਕਰੋ ਵੀਰੇ ਜਿਹਨੂੰ ਵੀ ਵਧੀਆ ਲੱਗਦਾ ਉਹ ਸ਼ੇਅਰ ਕਰ ਦਿਆ ਕਰੋ ਜਿਹਨੂੰ ਨਹੀਂ ਵਧੀਆ ਲੱਗਦਾ ਕੋਈ ਗੱਲ ਨਹੀਂ ਹੋਰ ਬਣਾ ਦਾਂਗੇ ਆ ਕਿਵੇਂ ਖਾਣ ਲੱਗਿਆ ਹੁੰਦਾ ਇਹ ਮੁੰਡਾ ਸਾਡਾ ਸਪੈਸ਼ਲ ਰੱਖਿਆ ਵੀਰੇ ਇਹਦੇ ਵਾਸਤੇ ਤੇ ਚਲੋ ਮਿਲਦੇ ਆ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਸਮਰਾਲੇ ਤੁਹਾਨੂੰ ਗੱਡੀ ਦੀ ਸੱਚ ਟੈਂਕੀ ਦਿਖਾ ਦਈਏ ਫੁੱਲ ਇਹ ਟੈਂਕੀ ਆ ਫੁੱਲ ਉਹ ਤੋਂ ਬਾਅਦ ਆਫ ਰੋਡਿੰਗ ਤੋਂ ਬਾਅਦ ਦਿਖਾਵਾਂਗੇ ਵੀ ਹਨਾ ਕਿੰਨਾ ਕੁ ਤੇਲ ਚੱਕਦੀ ਆ ਅੱਜ 4x4 ਲੈ ਕੇ ਚੱਡੇ ਪਾੜ ਲਏ ਵੀਰੇ ਨਹੀਂ ਨਹੀਂ ਹੈ ਤਾਂ 4x2 ਹੈ 4x4 ਕਾਹਦਾ ਲਾਉਂਗਾ ਤੂੰ ਆਲੇ ਬਟਨ ਲੱਗਿਆ ਅੱਜ ਪੈਰਾਂ ਨਾਲ ਜ਼ੋਰ ਠੀਕ ਹੈ ਜਿੱਥੇ ਅੜ ਗਿਆ ਕੰਮ ਹਨਾ ਉਤਰ ਕੇ ਪੈਡਲ ਮਾਰ ਲਾਂਗੇ ਜਿੱਦਾਂ ਜ਼ੋਰ ਹਾਂ ਜਿਵੇਂ ਉਦੋਂ ਲਾਉਂਦਾ ਬਾਈ ਟਾਇਰਾਂ ਨੂੰ ਤੇ ਬਲੌਗ ਸਾਰਾ ਦੇਖਿਓ ਮੇਰਾ ਵੀਰ ਸਾਰਾ ਦੇਖ ਲਿਆ ਕਰੋ ਕੁਛ ਨਹੀਂ ਹੁੰਦਾ ਹਨਾ ਮਿਲਦੇ ਆ ਚਲੋ ਹੁਣ ਸਿੱਧਾ ਦਰਿਆ 'ਚ ਮਿਲਦੇ ਆ ਇੱਕ ਹਾਂ ਇੱਕ ਤੁਹਾਨੂੰ ਸਾਰਿਆਂ ਨੂੰ ਦੱਸਦੀ ਹੈ ਅੱਜ ਉੱਥੇ ਕਬੱਡੀ ਦਾ ਮੈਚ ਵੀ ਲਾਉਣਾ ਸੀ ਅੱਜ ਲੱਖ ਦੀਆਂ ਕਬੱਡੀਆਂ ਪੈਣਗੀਆਂ ਅੱਜ ਦੇਖਿਓ ਜੀ ਦਰਿਆ ਤੇ ਵੀ ਕਬੱਡੀਆਂ ਵੀ ਪੈਣਗੀਆਂ ਖੁਸ਼ੀ ਦੁੱਗਾ ਪਹੁੰਚਿਆ ਹੋਇਆ ਸਾਡੇ ਕੋਲ ਇਹ ਬਲੌਗ ਦੋ ਤਿੰਨ ਬਣਾਉਣੇ ਆ ਨਾ ਇੱਕ ਪਹਿਲਾਂ ਕਰ ਦਾਂਗੇ ਖੁਸ਼ੀ ਦੁੱਗਾ ਤਾਂ ਹੈ ਵੀਰੇ ਬੈਠਾ ਉਹ ਨਹੀਂ ਉਹ ਉਹਦੇ ਫੈਨ ਆ ਹਾਂ ਖੁਸ਼ੀ ਦੇ ਫੈਨ ਆਪਾਂ ਕਰਦੇ ਵੀਰੇ ਹੁਣ ਆਪਣਾ ਟਰੈਕਟਰ ਵੀ ਆ ਗਿਆ ਜੀ ਜੌਂਡੀਅਰ ਤੇ ਜੌਂਡੀਅਰ ਵੀ ਲੈ ਕੇ ਜਾਣਾ ਆਪਾਂ ਨੇ ਕਹਿੰਦੇ ਗੱਡੀ ਪਿਛਲੀ ਵਾਰ ਵੀ ਫਸ ਗਈ ਸੀ ਆਪਣੇ ਨੌਜਵਾਨ ਚੋਬਰ ਜਾ ਰਹੇ ਨੇ ਇੱਕ ਮਜਾਲੀਆਂ ਦਾ ਮੁੰਡਾ ਇੱਕ ਮਨਸੂਲਪੁਰ ਦਾ ਤੇ ਖੀਰਨੀ ਵਾਲਾ ਮੁੰਡਾ ਚਲਾ ਰਿਹਾ ਰਮਨ ਸਿੱਧੂ ਬਲੌਗਸ ਤੇ ਹੁਣ ਲੱਖ ਦੀਆਂ ਕਬੱਡੀਆਂ ਪੈਣਗੀਆਂ ਮੇਰੇ ਵੀਰੋ ਆਪਾਂ ਪੈ ਗਏ ਹਾਂ ਜੀ ਦਰਿਆ ਵਾਲੇ ਰਸਤੇ ਵੈਸੇ ਹੈ ਤਾਂ ਇੱਧਰ ਸਾਰੇ ਹੀ ਦਰਿਆ ਹਨਾ ਨੀਮਾ ਆਹ ਹੁਣ ਲੋਕਾਂ ਨੇ ਖੇਤ ਬਣਾਏ ਹੋਏ ਨੇ ਦੇਖਦੇ ਰਹੋ ਅੱਗੇ ਰੇਤੇ 'ਚ ਚੱਲਾਂਗੇ ਲਓ ਜੀ ਪਹੁੰਚ ਚੁੱਕੇ ਹਾਂ ਆਪਾਂ ਦਰਿਆ ਦੇ ਵਿੱਚ ਉਧਰ ਨਾਲੋਂ ਰੇਤਾ ਵੀ ਥੋੜ੍ਹਾ ਜਿਹਾ ਸੁੱਕਾ ਅੱਜ ਗੱਡੀ ਫਸੂਗੀ ਵੀ ਆਹ ਦੇਖੋ ਤਾਂ ਹਾਲਾਤ ਅੱਜ ਦੇ ਕੀ ਨੇ ਅੱਜ ਰੇਤਾ ਬਹੁਤ ਸੁੱਕਾ ਹੈ ਅਤੇ ਸਾਡਾ ਜਵਾਕ ਸਟੰਟ ਕਰਦਾ ਹੋਇਆ ਫਿਰ ਲਨੀਆ ਸਾਹਿਬ
ਅੜਿਓ ਦਵਾ ਦੇ ਤੂੰ ਉਹੀ ਕਰੀ ਜਾਂਦਾ ਲੈ ਉਹ ਰਹਿਣ ਦੇ ਤੂੰ ਤੇਰੇ ਬਾਤ ਦੀ ਗੱਲ ਨਹੀਂ ਇਹ ਉਹ ਰਹਿਣ ਦੇ ਸੀਸਾ ਲਾ ਪਹਿਲਾਂ ਗਰਦ ਵਾੜੂੰਗਾ ਵਿੱਚ ਉਹ ਇਹਨੇ ਆ ਦੇਖ ਲਓ ਡਰਾਈਵਰ ਪਹਿਲਾਂ ਹੀ ਫਸਾਤੀ ਲੈ ਲੈ ਤੈਨੂੰ ਕਹੀ ਗਿਆ ਵੀ ਉੱਥੇ ਰੋਕ ਲਾ ਟਾਇਰ ਇਹ ਉਹਦੇ ਘੁਮਾਈ ਜਾਂਦਾ ਲਓ ਜੀ ਇੱਕ ਤਾਰਿਆ ਦੂਜਾ ਬੈਠ ਗਿਆ ਕਹਿੰਦੇ ਟਰੈਕਟਰਾਂ ਦੇ ਸਟੰਟ ਕਰੇ ਜਾਣਗੇ ਅੱਜ ਵੀਰੇ ਜਿਹੜਾ ਜਿਹੜਾ ਕੁਛ ਪਿਛਲੀ ਵਾਰ ਰਹਿ ਗਿਆ ਉਹ ਦਿਖਾਉਣਾ ਐਤਕੀ ਠੀਕ ਹੈ ਸਾਰੇ ਕਰਤੱਬ ਦਿਖਾਏ ਜਾਣਗੇ ਇੱਧਰੋਂ ਪਹਿਲਾਂ ਟੋਜਨ ਪਾਈਏ ਦੇਖ ਲਾ ਲੈ ਵੀ ਮੁੰਡੇ ਨੇ ਆਪਣੇ ਦਿਮਾਗ ਦੇ ਨਾਲ ਪੱਥਰ ਦਾ ਲਾਇਆ ਗੱਡੀ ਪੂਰੇ ਹੁਣ ਦੇਖਦੇ ਆ ਕਿਆ ਬਣਦਾ ਕਰੋ ਡਰਾਈ ਫਿਰ ਵੀਰੇ ਪਿੱਛੇ ਹੋ ਜਾ ਸਪੀਡ ਘੱਟ ਰੱਖੀ ਹਾਂ ਸਪੀਡ ਘੱਟ ਰੱਖੀ ਦੀ ਆ ਬੈਕ ਚੱਲ 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 ਬੈਕ ਨਹੀਂ ਕਿਆ ਨਹੀਂ ਨਹੀਂ ਪੱਥਰ ਥੱਲੇ ਬਹਿ ਜਾਂਦਾ ਚਲ ਉਹ ਟੋਜਨ ਪਾਓ ਉਹ ਡਰਾਈਵਰ ਦੇਖੋ ਸਾਰੀ ਬਦਲ ਬਦਲ ਗੱਡੀ ਚ ਓਏ ਟੋਜਨ ਪਾਓ ਉਹ ਧੱਕਾ ਲਾਓ ਸਾਰੇ ਧੱਕੇ ਨੂੰ ਕਿਹਦਾ ਰਿਕਸ਼ਾ ਯਾਰ ਇਹ ਧੱਕਾ ਲਾ ਕੇ ਦੇਖ ਲੈ ਪਿਛਲੀ ਵਾਰੀ ਅਸੀਂ ਹਾਂ ਕਰਤਾ ਕੰਮ ਉਹੀ ਹਾਂ ਤੈਂ ਕਰਿਆ ਤੈਂ ਸਾਡੇ ਮਾੜੇ ਡਰਾਈਵਰ ਨੇ ਪਹਿਲਾਂ ਹੀ ਗੱਡੀ ਫਸਾ ਦਿੱਤੀ ਦਰਿਆ ਛੱਲੇ ਬਾੜੀ ਵੀ ਨਹੀਂ ਦੀ ਕਹਿੰਦੇ ਪਹਿਲੀ ਵਾਰ ਹੋਇਆ ਹੁਣ ਇਹ ਆਫ ਰੋਡਿੰਗ ਚ ਹੈ ਨਾ ਕਿਸੇ ਨਾਲ ਵੀ ਵੀ ਆਉਂਦੀ ਸਾਰੇ ਗੱਡੀ ਫਸਾਤੀ ਬਸ ਉਹ ਨਿਕਲ ਜਾਣੀ ਹੈ ਉਹ ਵੀਰੇ ਡੰਡਾ ਪਾਉਣਾ ਪੈਣਾ ਨਹੀਂ ਨਹੀਂ ਉਹ ਵੀਰੇ ਉਹ ਨਿਕਲ ਜਾਣਾ ਗੁੱਲਾ ਉਦਣ ਵਾਂਗੂ ਹੀ ਪਾਓ ਉਹ ਯਾਰ ਨਿਕਲ ਜਾਣਾ ਵੀਰੇ ਦੇਖ ਲਈ ਨਿਊਟਲ ਹੈ ਗੱਡੀ ਉਹ ਗੱਡੀ ਨਿਊਟਲ ਹੈ ਕਿਹੋ ਜਿਹਾ ਡਰਾਈਵਰ ਤਾਂ ਆਈ ਆ ਹੌਲੀ ਹੌਲੀ ਆਹ ਦੇਖ ਲਾ ਲੈ ਬਸ 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 ਤੁਸੀਂ ਦੇਖ ਸਕਦੇ ਆ ਰੇਤਾ ਕਿਹੋ ਜਿਹਾ ਜੀ ਟਰੈਕਟਰ ਵੀ ਵਿੱਚ ਦੱਬਦਾ ਕਿਉਂਕਿ ਅੱਜ ਰੇਤਾ ਸੁੱਕਾ ਉਦਣ ਥੋੜ੍ਹਾ ਜਿਹਾ ਗਿੱਲਾ ਦਾ ਰੇਤਾ ਬਸ ਬਸ ਗੱਡੀ ਦਾ ਕੰਮ ਹੈ ਗੱਡੀ ਫੇਰ ਫਸ ਗਈ ਮਿੱਤਰੋ ਉਦਣ ਰੇਤਾ ਗਿੱਲਾ ਤਾਂ ਯਾਰ ਅੱਜ ਸੁੱਕ ਗਿਆ ਰੇਤਾ ਫੇਰ ਫਸ ਗਈ ਗੱਡੀ ਵੀ ਹੁਣ ਨਿਕਲ ਨਹੀਂ ਚੱਲ ਥੋੜ੍ਹਾ ਜਿਹਾ ਦੇਖ ਤਾਂ ਸਹੀ ਯਾਰ ਪਿੱਛੇ ਨੂੰ ਦੇਖ ਪਿੱਛੇ ਨੂੰ ਉਹ ਪਿੱਛੇ ਨੂੰ ਚੱਲ ਉਹ ਸ਼ੀਸ਼ਾ ਦਾ ਲਾ ਯਾਰ ਉਹੀ ਤਾਂ ਗੱਲ ਹੈ ਸ਼ੀਸ਼ਾ ਲਾ ਲਾ ਵੀਰੇ ਮੂਹੇ ਬਾਲੋ ਡਾਕਟਰ ਯਾਰ ਆਈ ਤਾਂ ਫਿਰ ਹੁਣ ਟੋਚ ਨੇ ਪਾਈ ਜਾਊਂਗੇ ਜਾ ਕੇ ਯਾਰ ਭਜਾ ਕੇ ਤੋੜ ਲੈਣੀ ਤੀ ਇੱਕ ਡਰਾਈਵਰ ਹੋਰ ਨਾਕਾਮ ਨਾਕਾਮ ਨਹੀਂ ਵੀਰੇ ਉਦੋਂ ਚਲਾਈ ਆ ਉਹ ਧੱਕਾ ਲਾਉਨੇ ਆ ਚਲੋ ਧੱਕਾ ਨਾ ਨਿਕਲੇ ਉਹ ਨਿਕਲੂਗੀ ਯਾਰ ਚਲੋ ਆ ਜਾਓ ਸਾਰੀ ਆ ਜਾਓ ਸਾਰੇ ਚਲੋ ਚਲੋ ਚਲੋ
ਆ ਨਿਕਲ ਗਈ ਸੀ ਨਿਕਲਦੀ ਤਾਂ ਹੈਗੀ ਆ ਹੁਣ ਇਹ ਕੱਪੜੇ ਕੱਪੜੇ ਸਾਸੇ ਨਹੀਂ ਚਲੋ ਸਾਲੇ ਉਹ ਚਲੋ 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 ਆ ਨਿਕਲ ਗਈ ਨਿਕਲ ਗਈ ਨਿਕਲ ਗਈ ਨਿਕਲ ਗਈ ਪਜਾਲਾ 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 ਚੱਲ 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 ਓ ਦੇਖ ਜੁੱਬੀ ਚੱਲ 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 ਲੈ ਜਾ ਹੁਣ ਉਧਰ ਨਿਕਲ ਗਈ ਮੂੰਹ ਚ ਰੇਤਾ ਪੈ ਗਿਆ ਦਿਖਾਈ ਦਾ ਆ ਜਾਓ ਆ ਜਾਓ ਹੁਣ ਉੱਥੇ ਉੱਪਰ ਚੱਲਦੇ ਉਹ ਗਿੰਬਲ ਫੇਰ ਨਹੀਂ ਚੱਕ ਕੇ ਲਿਆ ਇਹ ਮੈਨੂੰ ਲੱਗਦਾ ਆਪਾਂ ਗੱਡੀ ਫਸਾਉਣੇ ਆਏ ਆ ਬਸ ਹੋਰ ਕੀ ਆ ਫੇਰ ਫਸਾਤੀ ਯਾਰ ਕੀ ਗੱਲ ਹੈ ਇਹ ਉਹ ਟਾਇਰ ਸਿੱਧੇ ਕਰ ਵੀਰੇ ਸਿੱਧੇ ਕਰ ਲਾ ਹਾਂ ਉਹ ਮਾੜੀ ਜੀ ਬੈਗ ਤੋਂ ਨਹੀਂ ਨਾ ਨਾ ਬੈਗ ਨਹੀਂ ਉਹ ਮੋਟੀ ਮਿੱਟੀ ਬਹੁਤ ਕੀ ਆ ਮੂਰੇ ਮੂਰੇ ਮਾੜੀ ਜੀ ਤੋਂ ਨਹੀਂ ਮੈਂ ਮਾੜੀ ਜੀ ਇੱਧਰੋਂ ਇੱਧਰੋਂ ਤੱਕ ਲਾਇਓ ਮੇਰੇ ਆਏ ਮਾੜੀ ਜੀ ਬੈਗ ਤੋਂ ਨਹੀਂ ਬਸ खड़ी आपे फस गई डोर पट के थले लंघी चल चल भी चल एक बारी ਇੱਧਰ ਬਾਈ ਸ਼ਿਕਾਰ ਖੇਲਦੇ ਹੋਏ ਕਾਹਨੂੰ ਜ਼ੋਰ ਮਰਾਈ ਜਾਂਦੇ ਹੋ ਜਾਨੀ ਦਾ ਸ਼ਿਕਾਰੀ ਨੇ ਪਹਿਲਾਂ ਗੱਡੀ ਨਿਕਲ ਜਾਵੇ ਫਿਰ ਤੁਹਾਨੂੰ ਦਿਖਾਉਂਦੇ ਆ ਕਬੱਡੀ ਦਾ ਕਿੱਥੇ ਲਾਈਏ ਹੁਣ ਇੱਕ ਜਗ੍ਹਾ ਲਾ ਦੇਣੀ ਆ ਲੋਕੇਸ਼ਨ ਇੱਥੇ ਨੂੰ ਲਾ ਲਈਏ ਸਿੱਧੀ ਕਰਕੇ ਪਹਿਲਾਂ ਆਪਾਂ ਕਬੱਡੀ ਖੇਲਣੀ ਆ ਨਾ ਪਹਿਲਾਂ ਸਾਰਾ ਕੰਮ ਕਾ ਕੇ ਐਂਡ ਤੇ ਖੇਲਣੀ ਆ ਕਬੱਡੀ ਬਸ ਠੀਕ ਆ ਜਾਨੂੰ ਗਰਾਊਂਡ ਦੇਖੋ ਬਈ ਕਿੰਨੇ ਮੀਟਰ ਤੇ ਆਪਾਂ ਹੁਣ ਗੱਡੀ ਉੱਥੇ ਨੂੰ ਉਤਾਰਨੀ ਆ ਤੁਸੀਂ ਐਂ ਨੂੰ ਗੱਡੀ ਕਿੱਥੇ ਲਾਈਏ ਹੁਣ ਗੱਡੀ ਲਾਉਨੇ ਆਪਾਂ ਪਹਿਲਾਂ ਕੱਢ ਤਾਂ ਲਈਏ ਦਿਓ ਮਾੜਾ ਫੋਨ ਦੇ ਆਪਣੇ ਵਾਲੇ ਲਓ ਬਈ ਹੁਣ ਤੀਜੀ ਵਾਰ ਟੋਚਨ ਹੈ ਜਿਹਨੇ ਹੁਣ ਫਸਾਤੀ ਯਾਰ ਆਪੇ ਕੱਢੂ ਚਾਹੇ ਤਸਲੇ ਕਹੀਆਂ ਲਿਆਉਣੀਆਂ ਪੈਣ ਹਾਂ ਤੁਹਾਨੂੰ ਕੀ ਕਿਹਾ ਤਾ ਯਾਰ ਬਚਦਾ ਓ ਯਾਰ ਇਹਦੇ ਕਾਰਨ ਸਲਿੱਪ ਕਢਾਈ ਜਾਂਦਾ ਪਿੰਨ ਆਹ ਦੂਜੀ ਹੈ ਉਹ ਅੱਜ ਕਿਹਦਾ ਮੂੰਹ ਦੇਖ ਕੇ ਆਇਆ ਗੱਡੀ ਉਹ ਫਸੀ ਜਾਂਦੀ ਆ A few minutes later. ਪਰੇ ਹੋ ਜਾ ਛੁੱਪੀ ਉਹ ਜਿਵੇਂ ਉਦਣ ਪਾਏ ਤਾਂ ਉਕਣ ਪਾਓ ਯਾਰ ਉਹ ਯਾਰ ਕਿਆ ਕਰੀ ਜਾਂਦੇ ਆ ਲੈ ਹੌਲੀ ਚੱਲਿਓ
ਖੜ ਜਾ ਫਿਰ ਹੋਰ ਕਿਹੜੇ ਤਰੀਕੇ ਪਊ ਹੁਣ ਯਾਰ ਉਦਣ ਤਾਂ ਨਿਕਲਿਆ ਨਹੀਂ ਮੂਰਲੀ ਸਾਈਡ ਪਾ ਲਓ ਯਾਰ ਚਲੋ ਓਏ ਓਏ ਨਹੀਂ ਨਹੀਂ ਪਿੰਨ ਫਿਰ ਹੋਊਗੀ ਪਿੱਛੇ ਕਰ ਨਹੀਂ ਪਤਾ ਕੀ ਹੋਣਾ ਉਹ ਇੱਧਰੋਂ ਉਹ ਪੈਣੀ ਹੈ ਗੁੱਲੀ ਇੱਧਰੋਂ ਪਾਓ ਪਿੰਨ ਉੱਧਰੋਂ ਪਾਓ ਉੱਧਰ ਲੜਾ ਯਾਰ ਕਿੰਨਾ ਕੁ ਦੇਖ ਕੇ ਦੇਖ ਕੇ लो जी गड्डी निकल चुकी है अपनी अज त कम खराबा जी है कोई स्वाद ही नहीं आया अज बस टोचे ने पाए ने अज त करन ऑफ रोडिंग आए थे पाए टोचन ने अज चल 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 ला यार क्या तोरियो नहीं हैगी ला पाओ टोच ओ मूरे पा लो यार मूरे जगह वधिया टोचन नु जिथे मर्जी ले फिर हां किथे नीमी है यार ओ बैंपर तो थल्ले आ आ देखता नहीं किवें चक होजू यार ਆਪਾਂ ਇੱਥੇ ਆਏ ਹੋਏ ਆ ਨਾ ਸਤਲੁਜ ਦਰਿਆ ਤੇ ਜੀ ਜਿਹੜਾ ਮੱਛੂਗੜਾ ਸਾਹਿਬ ਤੋਂ ਅੱਗੇ ਆ ਇੱਥੇ ਆਹ ਬੰਦੇ ਸ਼ਿਕਾਰ ਕਰਦੇ ਫਿਰਦੇ ਆ ਜੇ ਕੋਈ ਇਹਨਾਂ ਨੂੰ ਜਾਣਦਾ ਹੋਵੇ ਬੰਦਾ ਹੈ ਨਾ ਕਿਉਂਕਿ ਸਾਡਾ ਏਰੀਆ ਤਾਂ ਦੂਰ ਹੈ ਵੀਰੇ ਇਹਨਾਂ ਦੀ ਸ਼ਿਕਾਇਤ ਜ਼ਰੂਰ ਕਰਿਓ ਪੁਲਿਸ ਨੂੰ ਕਿਉਂਕਿ ਯਾਰ ਛੋਟੇ ਛੋਟੇ ਜਾਨਵਰਾਂ ਨੂੰ ਵਿਚਾਰਿਆਂ ਨੂੰ ਮਾਰਦੇ ਨੇ ਬੰਦੇ ਨੇ ਅਤੇ ਹੋ ਸਕੇ ਮੇਰਾ ਵੀਰ ਕੋਈ ਇੱਧਰ ਹੋਏ ਚਾਹੇ ਸਾਨੂੰ ਐਡਰੈਸ ਦੱਸ ਦਿਓ ਇਹਨਾਂ ਦਾ ਅਸੀਂ ਰਿਪੋਰਟ ਕਰ ਦਾਂਗੇ ਅਤੇ ਦੱਸਿਓ ਜ਼ਰੂਰ ਵੀਰ ਮਾਰ ਕੇ बच गया वीरे हौली चलो यार कानू ए फ्यू मिनट्स लेटर हौली हौली भीरे अस्पताल परे हुई हुण पक्के च लै जो हुण तां कल्ली ओ गड्डी जांदी आ कल्ली ओ गड्डी जांदी आ डोजन दा ढिल्ला हो गया क्या पिन हुण लग्गिया जी गेड़ा लाउण देखदे हुण नहीं नहीं हुण खिच के जे रखी पक्का तो है पर फिर भी इको लगता दबे लै हौली 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 तोर ना ना हौली हौली तोर चल देख तोर हौली हौली तोरी
यार परला टायर दबिया हो यार मैं थोनू कही दा गया चलो चलो पिछे नू बस चल 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 बस हूं रोक ला चल ना ना चल चल भीरे रहन दे शुभी रहन दे चल भीरे क्या बजे दिखाई था चल यार खेला ना करो यार हाथ धुआओ भैन चो दी तू कर दना यार हूं रू हौली कर लैंदा है ना हौली ना करे तार ली ले तार ली रेते च फिर भीरे जिथे खड़ गई उथे खड़ जाना इन्हे पक्की पुकी का नहीं छुपी देख लग गए पहला हां चलो हुण कबड्डी दा लाइए मैच चलो जी अगला ब्लॉग देखिए हुण इह तो अगला ब्लॉग है आपां कबड्डी खेलनी है ते ऑफ रोडिंग भी करांगे पहला आ ब्लॉग अपलोड करांगे उस तों बाद दूजा कबड्डी वाला देखियो फिर चलो चैनल नूं कर लिओ सबसक्राइब छेती छेती 4000 घंटा पूरा कर दो बस 300 घंटा रह गया ओके मिलदे आ जी हैं हुण चलिया जी आपां घर नूं वापस ते ब्लॉग दस दिओ किवें दा बणिया ते सच तुहानूं टैंकी दिखा दी है ना टैंकी तां हिली भी नहीं ते उन्नी ओ है थोड़ा बहुत खा लिया होगा चलो बाकी मिलते हैं अगले ब्लॉग चों।